ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਮੇਰੇ ਬਹਿਣ ਭਾਈਓ, ਅੱਲਾਹ ਤੈਨੂੰ ਖੁਸ਼ ਹੱਦੋਂ ਬਾਅਦ ਰੱਖੇ। ਤੁਹਾਡਾ ਆਪਣਾ ਚੈਨਲ ਮਿਲੀ ਰੱਬੀ ਫੈਮਿਲੀ ਵਲੌਗ, ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰੋ, ਜੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਸਾਡੇ ਹਰ ਵਾਰ ਨੋਟੀਫਿਕੇਸ਼ਨ ਮੇਰੇ ਬਹਿਣ ਭਾਈਆਂ ਤੱਕ ਬਾਈ ਵਕਤ ਪਹੁੰਚਦੀ ਰਹੇ। ਅੱਛਾ ਜੀ, ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ ਆ ਵੀ ਉੱਥੇ ਪਲਾਟ 'ਤੇ ਮਾਸ਼ਾਅੱਲਾ ਜਿਹੜਾ ਪੰਪ ਵਾ ਉਹ ਪਾਣੀ ਉਹਦਾ ਮਾਸ਼ਾਅੱਲਾ ਵੀ ਚੱਲਦੇ ਹਾਂ, ਹੁਣ ਚੱਲ ਕੇ ਦੇਖਦੇ ਹਾਂ ਵੀ ਅੱਜ ਮੁਕੰਮਲ ਹੋ ਗਿਆ ਵਾ। 3 ਦਿਨ ਲੱਗੇ ਬੋਰ 'ਤੇ, 3 ਦਿਨਾਂ ਦੇ ਵਿੱਚ ਬੋਰ ਜਿਹੜਾ ਕਾਮਯਾਬ ਹੋਇਆ, 200 ਫੁੱਟ ਬੋਰ ਜਿਹੜਾ ਕੀਤਾ ਵਾ। ਅਤੇ ਚੱਲਦੇ ਹਾਂ ਫਿਰ ਉਹ ਵੀ ਆਪਣੇ ਭੈਣ ਭਾਈਆਂ ਦਿਖਾਉਂਦੇ ਹਾਂ। ਅਤੇ ਭਾਈ ਫੀਜ਼ ਨੇ ਡ੍ਰਿਪ ਲਾਉਣਾ, ਮਰੀਮ ਬੇਟੀ ਦੇ ਡ੍ਰਿਪ ਲਾਉਣ ਆਇਆ ਵਾ, ਅਤੇ ਡ੍ਰਿਪ ਲਾ ਕੇ ਅਤੇ ਉਸ ਤੋਂ ਬਾਅਦ ਫਿਰ ਮੈਂ ਜਾਣਾ ਵਾ ਬਾਜ਼ਾਰ ਨੂੰ। ਬਾਜ਼ਾਰ ਥੋੜ੍ਹਾ ਜਿਹਾ ਕੰਮ ਆ, ਥੋੜ੍ਹਾ ਜਿਹਾ ਕੰਮ ਆ ਮੇਰਾ ਕਰਨ ਵਾਲਾ, ਉਹ ਵੀ ਜਾ ਕੇ ਕਰਕੇ ਆਉਂਦੇ ਹਾਂ। ਅਤੇ ਫਿਰ ਇਨਸ਼ਾ ਅੱਲਾਹ ਮੇਰੇ ਭੈਣ ਭਾਈਆਂ ਦੇ ਨਾਲ, ਮੇਰੇ ਵੀਡੀਓ ਨਾਲ ਜੁੜ ਰਹੀ ਹੋ। ਅਤੇ ਅੱਲਾਹ ਤਾਲਾ ਸਭ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ। ਆਮੀਨ 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 ਸਮਾ ਆਮੀਨ। ਅਤੇ ਅੱਛਾ ਜੀ, ਹੁਣ ਚੱਲਦੀ ਹਾਂ ਅਤੇ ਫਿਰ ਯੋਗ ਲੱਸੀ ਹੋਇਆ, ਇਨਸ਼ਾ ਅੱਲਾਹ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸੇਵ। ਅੱਛਾ ਜੀ, ਜੁਲਕਰ ਨੈਣ ਹੈ ਨਾ, ਮੰਮਾ ਦਾਨਿਸ਼ ਨੂੰ ਉੱਪਰ ਬਿਠਾ ਰਿਹਾ ਵਾ, ਕਹਿੰਦਾ ਵੀ ਇੱਥੇ ਬੈਠ ਉੱਪਰ ਘੋੜ ਦੇ ਬੈਠ ਕੇ ਖੇਡ। ਅਤੇ ਮੰਮਾ ਦਾਨਿਸ਼ ਨਹੀਂ ਖੇਡਦਾ ਹੈਗਾ, ਘੋੜ ਦੇ ਬੈਠ ਕੇ ਨਾਇਆ ਫਾਤਮਾ ਖੇਡਦੀ ਹੈ। ਇੱਦਾਂ ਹੀ ਨਾਇਆ ਫਾਤਮਾ, ਜੁਲਕਰ ਨੈਣ ਵੀ ਆਇਆ, ਬਾਈ ਫੀਸ ਵੀ ਆਇਆ ਵਾ, ਅਤੇ ਡ੍ਰਿਪ ਲਾਉਣ ਆਇਆ। ਮਰੀਮ ਦਾ ਅਕਲ ਹੀ ਰਹਿ ਗਈ ਸੀ, 5 ਡ੍ਰਿਪਾਂ ਦੱਸੀਆਂ ਸੀ ਡਾਕਟਰ ਨੇ, ਅਤੇ ਡ੍ਰਿਪ ਵੀ ਮਾਸ਼ਾਅੱਲਾ ਅੱਗ ਲਾਤੀ ਉਹਨਾਂ ਨੂੰ, ਲੱਗ ਚੱਲੀ। ਅਤੇ ਬੱਚੇ ਹੁਣ ਖੇਡਣ ਲੱਗੇ ਹੋਏ, ਇਹ ਮੋਟਰਸਾਈਕਲ ਨੂੰ ਜਿੱਦਾਂ ਚਾਬੀ ਦੇ ਦਿੱਤੀ, ਇੱਦਾਂ ਘੋੜੇ ਨੂੰ ਵੀ ਜ਼ੁਲਕਰ ਨੈਣ ਦੇਣ ਡਿਆ ਵਾ। ਜ਼ੁਲਕਰ ਨੈਣ ਚਾਬੀ ਨਹੀਂ ਲੱਗਣੀ ਹੈਗੀ, ਬਾਰੀ ਅੰਦਰ ਡ੍ਰਿਪ ਲੱਗੀ ਹੋਈ ਹੈ, ਥੋੜ੍ਹੀ ਜਿਹੀ ਰਹਿ ਗਈ ਬਸ, ਜਿਹੜੇ ਨਾ ਲੱਗ ਜਾਂਦੀ ਹੈ, ਥੋੜ੍ਹੀ ਜਿਹੀ ਰਹਿ ਗਈ ਡ੍ਰਿਪ ਬਸ, ਲੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ। ਅਤੇ ਫੇਸ ਹੀ ਨਾ ਜਾਣਾ ਵਾ, ਭਾਈ ਫੀਸ ਵੀ ਆਇਆ ਸਾਡੇ ਨਾਲ, ਅਤੇ ਹੁਣ ਇਹਨਾਂ ਨਾਲ ਹੀ ਸੀ ਵੀ ਚੱਲ ਜਾਣਾ ਵਾ। ਅਤੇ ਥੋੜ੍ਹੇ ਕੰਮ ਆ ਜਿਹੜੇ ਉਹ ਕਰਨ ਵਾਲੇ, ਸਾਡੇ ਜ਼ਰੂਰੀ ਕਰਨ ਵਾਲੇ ਆ, ਉਹ ਕਰਨੇ ਫਿਰ ਚੱਲਦੇ ਹਾਂ। ਫਿਰ ਜੋ ਅਗਲਾ ਸੀਨ ਹੋਇਆ ਤਾਂ ਇਨਸ਼ਾ ਅੱਲਾਹ ਮੈਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦੂੰਗਾ। ਅੱਛਾ ਜੀ, ਮਾਸ਼ਾ ਅੱਲਾਹ ਟਰਾਲੀ ਟਾਂ ਦੀ ਫੀਸ ਦੇਖੋ ਲੈ ਕੇ ਆ ਗਿਆ, ਕਿਉਂਕਿ ਫੀਸ ਮੈਂ ਕਿਹਾ ਸੀ ਇੱਟ ਟਰਾਲੀ ਬਚਾ ਦੇ, ਇੱਟ ਮੁੱਕ ਚੱਲੀ ਸਾਡੇ ਕੋਲੋਂ, ਅਤੇ ਅੱਲਾਹ ਤਾਲਾ ਖੈਰ ਕਰੇ। ਸਾਰਾ ਜੈਕ ਸਿਸਟਮ ਹੈਗਾ, ਸਾਡੇ ਮਸਾਏ ਵੀ ਆ ਚੱਲੇ, ਇਹ ਵੀ ਇੱਟ ਆ ਗਈ ਸਾਹਮਣੇ, ਉਹ ਵੀ 2 ਘਰ ਸਾਹਮਣੇ ਹੋਰ ਬਣ ਚੱਲੇ ਹੈਗੇ। ਅਤੇ ਮਾਲਕ ਖੈਰ ਕਰੇ, ਲਓ ਜੀ ਸ਼ੁਕਰ ਅਲਹਮਦੁਲਿਲਾ। ਪਰੇਸ਼ਾਨੀ ਹੋਣ ਡਈ ਸੀਗੀ ਵੀ ਇੱਟ ਖਤਮ ਹੁੰਦੀ ਜਾਂਦੀ ਹੈ, ਅਤੇ ਸ਼ੁਕਰ ਅਲਹਮਦੁਲਿਲਾ ਇੱਟ ਆ ਗਈ ਹੋਰ। ਅੱਛਾ ਜੀ, ਮਾਸ਼ਾਅੱਲਾ ਮੋਟਰ ਦਾ ਪਾਣੀ ਜਿਹੜਾ ਨਾ ਵੀ ਉਹ ਮੋਟਰ ਦਾ ਪਾਣੀ ਚੁਕਾ ਗਏ, ਸੀਮਿੰਟ ਵੀ ਬਣਿਆ ਪਿਆ ਵਾ, ਹੁਣ ਠੰਡੇ ਹੋਏ ਜ਼ਰਾ ਕਿ ਉੱਠ ਕੇ ਸ਼ੁਰੂ ਹੋਣਗੇ, ਕਿਉਂ ਗਰਮੀ ਬਹੁਤ ਜ਼ਿਆਦਾ ਗਰਮੀ ਹੈ। ਅਤੇ ਟੈਂਟ ਰਾਲੀ ਇੱਕ ਹੋਰ ਮੰਗਾਈ ਆ, ਮੋਟਰ ਲੱਗ ਗਈ ਹੈ, ਮਾਸ਼ਾਅੱਲਾ ਮੋਟਰ ਚੱਲੀ ਜਾਂਦੀ ਹੈ। ਅਤੇ ਹੁਣ ਲੱਗੇ ਆ ਪਾਣੀ ਇੱਟਾਂ ਤਰਾਈ ਕਰਨ, ਠੰਡੇ ਹੋਏ ਜਿਹੜੇ ਸ਼ੁਰੂ ਹੋ ਜਾਣਗੇ। ਇੱਟਾਂ ਵੀ ਆ ਗਈਆਂ, ਹਾਂਜੀ ਆ ਗਈ, ਇੱਟ ਵੀ ਆ ਗਈ, ਮਾਸ਼ਾਅੱਲਾ, ਹਾਂਜੀ ਸ਼ੁਕਰ ਅੱਲਾਹ ਦਾ, ਸ਼ੁਕਰ ਅੱਲਾਹ ਦਾ। ਪਾਣੀ ਵੀ ਮਾਸ਼ਾਅੱਲਾ ਦਸਰਾ ਨਿਕਲ ਆਇਆ ਵਾ, ਅੱਲਾਹ ਤਾਲਾ
ਦੂਸਰਾ ਜਿਨ੍ਹਾਂ ਨੇ ਲਵਾ ਕੇ ਦਿੱਤਾ ਵਾ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਜ਼ੁਮਾਨ 'ਚ ਰੱਖੇ, ਸ਼ੁਕਰੀਆ ਉਹਨਾਂ ਦਾ ਪਾਣੀ ਲਵਾ ਕੇ ਦੇਣ ਦਾ, ਅੱਲਾਹ ਤਾਲਾ ਉਹਨਾਂ ਨੂੰ ਤਰੱਕੀਆਂ ਦੇਵੇ ਜਿਨ੍ਹਾਂ ਨੇ ਨਾਮ ਦਾ ਲਵਾਇਆ, ਜਿਨ੍ਹਾਂ ਦੇ ਨਾਮ ਦੀ ਦੂਸਰਾ ਪਾਣੀ ਪੀਵਾਂਗੇ ਨਾਲ ਦਵਾਵਾਂ ਦੇਵਾਂਗੇ ਇਨਸ਼ਾਅੱਲਾ। ਹੁਣ ਟਰਾਈ ਕਰਨ ਡਏ ਇੱਟਾਂ ਨੂੰ, ਤਾਂ ਉੱਪਰਲੀ ਟਰਾਲੀ ਜਿਹੜੀ ਆ ਇੱਕ ਆਈ ਆ ਇਹ ਇੱਟਾਂ ਦੀ, ਅਤੇ ਹੋਰ ਵੀ ਇਨਸ਼ਾਅੱਲਾ ਨਾਲ ਨਾਲ ਜਿਹੜੇ ਆਪਣੇ ਕੰਮ ਜ਼ਰੂਰ ਕਰਾਂਗੇ। ਛੇ ਫੁੱਟ ਭਰਤੀ, ਹਾਂਜੀ ਮੇਰੇ ਭੈਣ ਬਾਈ ਉਹ ਕਹਿੰਦੇ 6 ਫੁੱਟ ਭਰਤੀ ਪੈਣੀ ਆ। ਇਹ ਦੇਖੋ ਨਾ ਇਹਦੇ 'ਤੇ ਹੁਣ ਨਾ ਇਹਨਾਂ ਨੇ ਭਰ ਦੇਣਾ ਵਾ, ਮੈਂ ਆਪਣੇ ਭੈਣ ਬਾਈ ਨੂੰ ਕੋਲ ਜਾ ਕੇ ਦਿਖਾਉਂਦੀ ਹਾਂ। ਮੋਟਰ ਪਾਣੀ, ਸ਼ੁਕਰ ਅਲਹਮਦੁਲਿਲਾਹ ਪਾਕ ਦਾ ਬੜਾ ਸ਼ੁਕਰ ਆ, ਅੱਲਾਹ ਨੇ ਪਾਣੀ ਦਿੱਤਾ। ਪਾਣੀ ਮੇਰੇ ਭੈਣ ਬਾਈ ਉਹ ਬਹੁਤ ਵੱਡੀ ਨਿਮਤ ਆ, ਪਾਣੀ ਤੋਂ ਬਗੈਰ ਕੋਈ ਹਾਲ ਨਹੀਂ ਸੀਗਾ। ਸ਼ੁਕਰ ਅੱਲਾਹ ਨੇ ਬਾਰਿਸ਼ ਦਾ ਪਾਣੀ ਸਾਨੂੰ ਦਿੱਤਾ ਹੋਇਆ ਸੀ, ਉਹਦਾ ਉੱਦਾਂ ਦਾ ਇਸਤੇਮਾਲ ਕਰਨ ਡਿਆ ਸੀ। ਇਹ ਦੇਖੋ ਜੀ ਇੰਨੀ ਉੱਚੀ, ਜਿੰਨੀ ਉੱਚੀ ਮੋਟਰ ਆ ਨਾ ਨੀਚੋਂ ਲੱਗ ਕੇ, ਇੰਨੀ ਉੱਚੀ ਭਰਤੀ ਪੈਣੀ ਆ, ਭਰਤੀ ਪੈਣੀ ਆ। ਅਤੇ ਦੇਖੋ ਦੂਸਰਾ ਮੋਟਰ ਮਾਸ਼ਾਅੱਲਾ ਲੱਗ ਗਈ ਆ, ਸ਼ੁਕਰੀਆ ਉਹਨਾਂ ਨੇ ਜਿਹਨਾਂ ਲਵਾ ਕੇ ਦਿੱਤੀ ਆ। ਅੱਲਾਹ ਤਾਲਾ ਉਹਨਾਂ ਨੂੰ ਜਜ਼ਾ ਦੇਵੇ, ਅੱਲਾਹ ਤਾਲਾ ਉਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਦੇਵੇ, ਅਤੇ ਅੱਲਾਹ ਤਾਲਾ ਉਹਨਾਂ ਨੂੰ ਤਰੱਕੀਆਂ ਦੇਵੇ, ਤੰਦਰੁਸਤੀ ਦੇਵੇ, ਸਿਹਤ ਦੇਵੇ। ਆਮੀਨ 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 ਸੁਮਾ ਆਮੀਨ। ਹਾਂਜੀ 200 ਫੁੱਟ, 200 ਫੁੱਟ ਬੋਰ ਹੋਇਆ ਜੀ। ਹਾਂਜੀ ਮੇਰੇ ਭੈਣ ਬਾਈ 200 ਫੁੱਟ ਵੀ ਬੋਰ ਹੁੰਦਾ, ਅਤੇ 300 ਫੁੱਟ ਵੀ ਹੁੰਦਾ, 250 ਫੁੱਟ ਵੀ ਹੁੰਦਾ। ਦੇਖੀਏ ਉਹ ਸਾਹਮਣੇ ਕਿਹੜੀ ਚੀਜ਼ ਆ, ਕੱਪੜਾ ਰੰਗ ਹੋਣ ਡਿਆ, ਅੱਛਾ ਪ੍ਰਿੰਟ ਹੋਣ ਡਿਆ। ਅੱਛਾ ਮੇਰੇ ਭੈਣ ਬਾਈ ਉਹ ਸਾਹਮਣੇ ਦੇਖੋ, ਤੁਹਾਨੂੰ ਕਲਰ ਨਜ਼ਰ ਆਉਂਦੇ ਹੋਣੇ, ਇਹ ਫੈਕਟਰੀ ਆ, ਕੱਪੜਾ ਕਲਰ ਹੋਣ ਡਿਆ, ਇੱਥੇ ਸਾਡੇ ਘਰਾਂ ਦੇ ਕੋਲ ਆ ਨਾਲਪੁਰਲੇ ਪਾਸੇ। ਹਾਂਜੀ ਕੱਪੜਾ ਵੀ ਪ੍ਰਿੰਟ ਹੁੰਦਾ, ਅੱਛਾ ਉਹ ਵੀ ਬਣਦੇ ਆ। ਹਾਂਜੀ ਕੱਪੜਾ ਪ੍ਰਿੰਟ ਕਰਨ ਡਿਆ ਆ, ਦੇਖੋ ਉੱਪਰੋਂ ਜਾਲ ਜਾਲ ਲੱਗਾ ਹੋਇਆ, ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਂਦੀ ਹਾਂ ਆਪਣੇ ਭੈਣ ਬਾਈ ਨੂੰ। ਇਹ ਦੇਖੋ ਆਹ ਕੱਪੜਾ ਪ੍ਰਿੰਟ ਹੋਣ ਡਿਆ ਵਾ, ਅਤੇ ਦੂਸਰਾ ਇਹ ਨਾਲ ਫੈਕਟਰੀ ਆ, ਇੱਥੇ ਇੱਥੇ ਸਾਰੇ ਆਏ ਹੋਏ ਆ। ਭਾਈ ਫੀਜ਼ ਵੀ ਆਇਆ ਵਾ, ਭਾਈ ਫੀਜ਼ ਮਰੀਮ ਦੇ ਦੂਸਰਾ ਡ੍ਰਿਪ ਲਾਉਣੀ ਸੀ, ਇਸ ਵਾਸਤੇ ਆਇਆ ਵਾ। ਮਾਸ਼ਾਅੱਲਾ ਦੇਸੀ ਮਾਹੌਲ ਬਾਹਰ ਦਾ। ਸਮਾਨ ਮੈਂ ਸਾਰਾ ਖਾਣੇ ਦਾ ਤਿਆਰ ਕਰ ਲਿਆ, ਅਤੇ ਕੁੱਲ ਪਾਣੀ ਲੈ ਕੇ ਆਈ ਸੀ, ਬਰਫ਼ ਲੈ ਕੇ ਆਈ ਸੀ, ਅਤੇ ਬਰਫ਼ ਜਿਹੜੀ ਪਾ ਕੇ ਪਾਣੀ ਵਿੱਚ ਕੈਨ ਦੇ ਵਿੱਚ ਪਾ ਦਿੱਤਾ, ਕਿਉਂਕਿ ਪਾਣੀ ਠੰਡਾ ਕਰਕੇ ਉਹ ਰੱਖ ਲਿਆ, ਕਿਉਂਕਿ ਮੈਂ ਤਾਂ ਮਰੀਆਂ ਫਿਰ ਕਰ ਦਿੰਦੀ ਹਾਂ ਸਾਰਾ ਦਿਨ, ਸਾਨੂੰ ਵੀ ਜ਼ਰੂਰਤ ਪੈਂਦੀ ਹੈ ਪਾਣੀ ਦੀ। ਪਾਣੀ ਠੰਡਾ ਕਰਕੇ ਮੈਂ ਇੱਥੇ ਵੀ ਰੱਖ ਦਿੱਤਾ, ਅਤੇ ਹੁਣ ਜਲਦੀ ਜਲਦੀ ਮੈਂ ਖਾਣਾ ਬਣਾ ਲੈਂਦੀ ਹਾਂ, ਬਿਸਮਿਲ੍ਲਾ ਕਰਦੀ ਹਾਂ। ਸਭ ਤੋਂ ਪਹਿਲਾਂ ਖਾਣਾ ਬਣਾਉਣ ਹਾਜੀ ਲੱਗੀ ਹਾਂ ਮੈਂ, ਦਾਲ ਦੂਸਰਾ ਮਸਰਾਂ ਦੀ ਬਣਾ, ਅਤੇ ਸਾਰੇ ਕਹਿੰਦੇ ਸੀ ਕਿ ਪਤਲੀ ਜਿਹੀ ਦਾਲ ਹੋਵੇ, ਚੁੱਲ੍ਹਾ ਹੋਏ ਸਾਫ਼ ਕਰਨ ਵਾਲਾ। ਮੈਂ ਕਿਹਾ ਚਲ ਅੱਛਾ ਹੁਣ ਮੈਂ ਬਾਅਦ ਵਿੱਚ ਸਾਫ਼ ਕਰੂੰਗੀ ਖਾਣਾ, ਕੋਈ ਗੱਲ ਨਹੀਂ ਉਹ ਸਾਫ਼ ਹੋ ਜੂਗੀ, ਬਾਅਦ 'ਚ ਸਾਫ਼ ਕਰਦੀ ਹਾਂ ਸਾਰਾ ਨਾ, ਕਿਉਂਕਿ ਲਾਈਟ ਵੀ ਸੁਬਹ ਦੀ ਗਈ ਹੋਈ ਆ, ਪਾਣੀ ਵੀ ਇਹਨਾਂ ਦਾ ਜ਼ਰਾ ਬਹੁਤ ਕੰਮ ਹੁੰਦਾ, ਲਾਈਟ ਜੇ ਚਲ ਜਾਂਦੀ ਹੈ ਤਾਂ ਛੇਤੀ ਆਉਂਦੀ ਨਹੀਂ। ਅਤੇ ਹੁਣ ਬਿਸਮਿਲ੍ਲਾ ਕਰਦੀ ਹਾਂ, ਸਭ ਤੋਂ ਪਹਿਲੇ ਮੈਂ ਵਿੱਚ ਮਿਕਸ ਕਰ ਦੇਣੀ ਘੇ, ਘੇ ਵਿੱਚ ਮਿਕਸ ਕਰ ਦਿੱਤਾ ਜਿੰਨਾ ਕਿ ਮੈਂ ਅੰਦਾਜ਼ੇ ਦੇ ਨਾਲ ਪਾ ਦਿੱਤਾ, ਜਿੰਨਾ ਕਿ ਜ਼ਰੂਰਤ ਸੀ। ਅਤੇ ਦੂਸਰਾ ਕੱਲ੍ਹ ਬਾਜ਼ਾਰ ਨੂੰ ਗਏ, ਬਾਜ਼ਾਰੋਂ ਹੋ ਕੇ, ਅਤੇ ਆਪਦਾ ਭੈਣ ਦੀ ਜਿਹੜੀ ਮਨ ਸੀ ਉਹ ਪਜਾ ਕੇ ਆਏ, ਮਨਤੋਂ ਦੀ ਪਜਾ ਕੇ, ਉਸ ਤੋਂ ਬਾਅਦ ਦਾਨਿਸ਼ ਬਾਜ਼ਾਰ ਹੋ ਕੇ ਆ ਕੇ, ਅਤੇ ਹੁਣ ਮੈਂ ਕਿਹਾ ਜਲਦੀ ਜਲਦੀ ਨਾ ਜੋ ਦੁਪਹਿਰ ਦਾ ਖਾਣਾ ਉਹਨਾਂ ਨੂੰ ਦੇਣਾ ਵਾ, ਅਤੇ ਜਲਦੀ ਜਲਦੀ ਇਹ ਵੀ ਬਣ ਜਾਵੇ। ਮੈਂ ਜੇ ਲਸਣ ਨੂੰ, ਲਸਣ ਜਿਹੜਾ ਮੈਂ ਇਸੇ ਤਰ੍ਹਾਂ ਸਾਬਤ ਪਾਉਣਾ, ਮੈਂ ਕੁੱਟ ਕੇ ਨਹੀਂ ਪਾਉਣਾ ਹੈਗਾ, ਅਤੇ ਸਾਬਤ ਹੀ ਇਸੇ ਤਰ੍ਹਾਂ ਪਾ ਦੇਣਾ, ਅਤੇ ਸਾਬਤ ਮਾਸ਼ਾਅੱਲਾ ਸੋਹਣਾ ਲੱਗਦਾ ਉਹ ਜਿਸਮ ਦਾ। ਪਿਆਜ਼ ਥੱਲੇ ਗੱਡ ਗਿਆ, ਧੋ ਲਿਆਵਾਂਗੇ ਇੱਕ ਵਾਰੀ, ਪਿਆਜ਼ ਕੱਟ ਲੈਣੀ ਹੈ ਬਰੀਕ ਬਰੀਕ, ਪਿਆਜ਼ ਕੱਟ ਕੇ ਨਾਸ਼ਤਾ ਜਿਹੜਾ ਅਸੀਂ ਸੁਬਹਾ ਭੇਜ ਦਿੱਤਾ ਸੀਗਾ, ਪਰਾਂਠੇ ਨਾਲ ਬਣਾ ਕੇ, ਨਮਕੀਨ ਅਤੇ ਨਾਲ ਚਾਏ ਨਾਲ ਚਾਰ,
ਬਸ ਮੈਂ ਇਹਨਾਂ ਅੰਦਰ ਬਣਾ ਕੇ ਅਤੇ ਭੇਜਦਾ ਸੀਗਾ ਅਤੇ ਮੈਂ ਤੁਹਾਨੂੰ ਜਲਦੀ ਖਾਣਾ ਤਿਆਰ ਕਰ ਲਈ। ਦਾਲ ਮਸੂਰ ਦੇਖੀ ਜੀ ਅੱਛਾ ਜੀ, ਪਿਆਜ਼ ਮੈਂ ਕੱਟ ਲਿਆ, ਹਰੀਆਂ ਮਿਰਚਾਂ ਦੋਨੋਂ ਮੈਂ ਕੱਢ ਕੇ ਰੱਖ ਲੈਣ ਲੱਗੀ, ਬਾਅਦ 'ਚ ਕੱਟ ਕੇ ਪਾਉਣੀ ਪਿਆਜ਼ ਦੇ ਵਿੱਚ, ਚਲੋ ਧੋ ਲੈਣੀ, ਧੋ ਕੇ ਲਿਆ ਕੇ ਘੀ ਗਰਮ ਹੋ ਗਿਆ ਅਤੇ ਫਿਰ ਮਿਕਸ ਕਰ ਲਈ। ਅੱਛਾ ਜੀ, ਪਿਆਜ਼ ਅਤੇ ਲਸਣ ਜਿਹੜਾ ਸਾਬਤੀ ਲਸਣ ਪਾਇਆ ਵਾ, ਗੋਲਡਨ ਬਰਾਊਨ ਹੋ ਚੁੱਕੀ ਹੈ। ਮਿਰਚਾਂ ਵੀ ਨਾਲ ਮੈਂ ਸਾਬਤੀ ਪਾਈਆਂ ਵਾ, ਸਾਬਤ ਦਾਲ ਦੇ ਵਿੱਚ ਮਸਾਲਾ ਅੱਛੀਆਂ ਲੱਗਦੀਆਂ ਵਾ, ਸੋਹਣੀਆਂ ਲੱਗਦੀਆਂ ਵਾ ਦਾਲ ਦੇ ਵਿੱਚ, ਮੈਨੂੰ ਤਾਂ ਬਹੁਤ ਮਜ਼ਾ ਲੱਗਦੀਆਂ। ਹਰ ਖਾਣੇ ਵਿੱਚ ਵੀ ਨਾ ਮੈਂ ਥੋੜ੍ਹੀਆਂ ਕੱਟ ਕੇ ਪਾਵਾਂ ਅਤੇ ਦੋ ਚਾਰ ਮੈਂ ਜਿਹੜੀਆਂ ਨਾ ਸਾਬਤ ਪਾਉਣੀਆਂ ਹੁੰਦੀਆਂ ਵਾ ਅਤੇ ਮੈਂ ਸਾਰਾ ਮਜ਼ੇਦਾਰ ਲੱਗਦੀਆਂ ਵਾ। ਅਤੇ ਹੁਣ ਵਿੱਚ ਪਾਊਡਰ ਮਸਾਲੇ ਪਾਉਂਦੀ ਹਾਂ। ਅੱਛਾ ਜੀ, ਹੁਣ ਵਿੱਚ ਪਾਊਡਰ ਮਸਾਲੇ ਮਿਕਸ ਕਰ ਦਿੰਦੀ ਹਾਂ। ਹਲਦੀ ਦਾ ਪਾਊਡਰ, ਰੈੱਡ ਮਿਰਚ ਇੱਕ ਚਮਚ, ਕਿਉਂਕਿ ਹਰੀਆਂ ਵਿੱਚ ਮਿਕਸ ਕੀਤੀਆਂ, ਨਮਕ, ਮਸਾਲੇ ਦੀ ਅੱਛੀ ਤਰ੍ਹਾਂ ਦੋ ਤੋਂ ਤਿੰਨ ਮਿੰਟ ਵਿੱਚ ਭੁਨਾਈ ਕਰਦੀ ਹੈ। ਭੁਨਾਈ ਕਰਕੇ ਫਿਰ ਦਾਲ ਵਿੱਚ, ਦਾਲ ਵਿੱਚ ਮਿਕਸ ਕਰ ਦਿੱਤੀ ਹੈ ਅੱਛੀ ਤਰ੍ਹਾਂ। ਹੁਣ ਦੋ ਮਿੰਟ ਦਾਲ ਦੀ ਭੁਨਾਈ ਕਰਦੀ ਹਾਂ, ਤਾਂ ਜਲਦੀ ਭੁਨਾਈ ਕਰਕੇ ਫਿਰ ਪਾਣੀ ਵਿੱਚ ਮਿਕਸ ਕਰ ਦਿੰਦੀ ਹਾਂ। ਜਲਦੀ ਦਾਲ ਜਿਹੜੀ ਬਣ ਕੇ ਤਿਆਰ ਹੋ ਜੂਗੀ ਮਾਸ਼ਾਅੱਲਾ, ਕਿ ਮੈਂ ਇੱਕ ਹੱਥ ਦੇ ਨਾਲ ਹੀ ਪਾਈ ਸੀ, ਕੈਮਰਾ ਵੀ ਜਿਹੜਾ ਹੈਂਗ ਹੋਣ ਲੱਗ ਪਿਆ ਸੀਗਾ, ਅਤੇ ਦਾਲ ਪਾ ਕੇ ਮੈਂ ਰੱਖਣ ਬਾਅਦ ਸ਼ੇਅਰ ਕਰ ਦਿੰਦੀ ਹਾਂ। ਜਿਵੇਂ ਖਾਣਾ ਤਿਆਰ ਹੁੰਦਾ ਵਾ, ਮੈਂ ਹਾਂਡੀ ਤਿਆਰ ਹੋ ਜਾਂਦੀ ਹੈ, ਜਲਦੀ ਮੈਂ ਆਟਾ ਗੁੰਨ ਕੇ ਰੋਟੀ ਬਣਾ ਲੈਂਦੀ ਹਾਂ। ਅਤੇ ਇੱਥੇ ਬੈਠ ਕੇ ਇੱਥੇ ਨਿਸ਼ਾਂਤ ਚੁੱਲ੍ਹਾ ਰੱਖ ਲਿਆ, ਕਿਚਨ ਦੇ ਵਿੱਚ ਵੇਟ ਨਹੀਂ ਬੈਠ ਹੁੰਦਾ, ਉੱਥੇ ਸਾਹਮਣੇ ਧੁੱਪ ਆ ਗਈ ਸੀ ਸਾਰੀ, ਅਤੇ ਨਾਸ਼ਤਾ ਤਾਂ ਉੱਥੇ ਬੈਠ ਕੇ ਹੀ ਤਿਆਰ ਕਰਕੇ ਦਿੱਤਾ। ਅੱਛਾ ਜੀ, ਮੈਂ ਮਿਕਸ ਕਰ ਦਿੰਦੀ ਪਾਣੀ, ਥੋੜ੍ਹਾ ਪਾਣੀ ਹੋਰ ਲਿਆ ਕੇ ਦੇਖੋ, ਦਾਲ ਪਤਲੀ ਜਿਹੀ ਛਾਂ ਕਹਿੰਦਾ ਸੀ ਮੰਮੀ ਜੀ, ਪਤਲੀ ਜਿਹੀ ਦਾਲ ਬਣਾ ਕੇ ਲਿਆ ਕੇ ਆਈ। ਹਾਂਜੀ, ਪਾਣੀ ਥੋੜ੍ਹਾ ਲਿਆ ਲਓ। ਅੱਛਾ ਜੀ, ਮਾਸ਼ਾਅੱਲਾ ਵੀ ਖਾਣਾ ਬਣ ਚੁੱਕਾ, ਮਸਾਲਣ ਬਣ ਗਿਆ, ਨਾਲ ਰੋਟੀ ਬਣਾਈ ਜਾਂਦੀ, ਦਾਲ ਜਿਹੜੀ ਮਾਸ਼ਾਅੱਲਾ ਬਹੁਤ ਸੋਹਣੀ ਬਣ ਗਈ, ਪਤਲੀ ਜਿਹੀ ਬਣਾਈ ਹੈ, ਅਸੀਂ ਪਤਲੀ ਬਣਾ ਕੇ ਲਿਆ, ਖਾਣਾ ਮਾਸ਼ਾਅੱਲਾ ਬਣ ਚੁੱਕਾ ਵਾ। ਦੇਖੋ ਜੀ, ਹੁਣ ਇਹਦੀ ਰੋਟੀ ਬਣਾਈ ਜਾਂਦੀ, ਰੋਟੀ ਬਣਾ ਕੇ ਅਤੇ ਫਿਰ ਇਨਸ਼ਾਅੱਲਾ ਰੋਟੀ ਲੈ ਕੇ ਜਾਂਦੀ ਹਾਂ, ਅਤੇ ਫਿਰ ਉੱਥੇ ਦਾ ਵੀ ਥੋੜ੍ਹਾ ਮਾਹੌਲ ਆਪਣੇ ਭੈਣ ਭਰਾਵਾਂ ਨੂੰ ਦਿਖਾਉਂਗੀ, ਅਤੇ ਸਭ ਮੇਰੇ ਭੈਣ ਭਾਈਆਂ ਨੂੰ ਅਲੱਗ ਅਲੱਗ ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਜ਼ਮਾਨ 'ਚ ਰੱਖੇ, ਆਮੀਨ। ਅਤੇ ਅੱਛਾ ਜੀ, ਇਹ ਮੱਖੀ ਜਿਹੜੀ ਨਾ ਬਹੁਤ ਜ਼ਿਆਦਾ ਤੰਗ ਕਰਦੀ ਹੈ, ਇਸ ਵਾਸਤੇ ਮੈਨੂੰ ਬਹੁਤ ਕਰਾਇਆ ਦਿੰਦੀ, ਮੈਂ ਕਹਿੰਦੀ ਮੱਖੀ ਦਾ ਮੌਸਮ ਹਰੇ, ਹਰ ਬੰਨੇ ਸ਼ਹਿਰਦੀ ਹੈ, ਅਸੀਂ ਅਮੀ ਉੱਥੇ ਵੀ ਇਸੇ ਤਰ੍ਹਾਂ ਹੀ ਹਾਂ, ਹਰ ਬੰਨੇ ਮੱਖੀ ਮੱਖੀ ਆ। ਅਤੇ ਜਿਹੜੀ ਖਾਣਾ ਬਣਾ ਲੈਣੀ, ਬਣਾ ਕੇ ਅਤੇ ਇਨਸ਼ਾਅੱਲਾ ਅੱਗੇ ਲੈ ਕੇ ਜਾਂਦੇ। ਅੱਛਾ ਜੀ, ਮੇਰੀ ਗੱਲ ਹੋਈ, ਮਾਸ਼ਾਅੱਲਾ ਅਲਹਮਦੁਲਿਲਾ, ਮਾ ਕੰਮ ਜਿਹੜਾ ਨੇੜੇ ਲੱਗ ਗਿਆ ਵਾ, ਨੀ ਐਰੇ ਜਿਹੜੇ ਬਿਲਕੁਲ ਚਾਰ ਸ਼ੇਰ ਦੇ ਭਰ ਲਏ ਆ, ਅਤੇ ਹੁਣ ਉੱਥੇ ਤੇਗਾ ਲਾਉਣਾ, ਨਹੀਂ ਨਹੀਂ ਵਿਚਲੇ ਭਰਨ, ਵਿਚਲੇ ਭਰਨੇ ਜੀ, ਵਿਚਲੇ ਭਰਨਦੇ ਆ। ਹਾਂਜੀ, ਵਿਚਲੇ ਭਰ ਅੱਜ ਹੋ ਜਾਣਗੇ, ਵਿਚਲੀਆਂ ਨਹੀਂ ਆ ਨਾ, ਫਾਈਨਲ ਹੋ ਜਾਣਗੀਆਂ ਇਨਸ਼ਾਅੱਲਾ। ਅੱਛਾ, ਕੱਲ ਨੂੰ ਲਾਵਾਂਗੇ ਤੇਗਾ, ਤੇ ਤੇਗਾ ਲਾ ਕੇ ਸਰੀਆ ਰੱਖ ਕੇ ਉਹਨੂੰ ਭਰਾਈ ਕਰ ਦਾਂਗੇ, ਫਿਰ ਦੋ ਚਾਰ ਦਿਨ ਸੁੱਕਣਗੀਆਂ ਤੇ ਫੇਰ ਭਰਤੀ, ਫੇਰ ਭਰਤੀ ਪਾਓ। ਹਾਂਜੀ, ਫੇਰ ਪਾਣੀ ਉਹਦਾ, ਕਿਉਂਕਿ ਵਿੱਚ ਭਰਤੀ ਪਾਣੀ ਵੀ ਜਾਂਦਾ ਗਿੱਲੀਆਂ ਹਾਲ। ਹਾਂਜੀ, ਅਤੇ ਮੇਰੇ ਭੈਣ ਭਾਈਆਂ ਦੀ ਦੁਆ ਦੇ ਨਾਲ ਅੱਲਾਹ ਤਾਲਾ ਨੇ ਕਿਤੇ ਪਹੁੰਚਾ ਦਿੱਤਾ ਵਾ, ਅਤੇ ਇਨਸ਼ਾਅੱਲਾ ਤੋੜ ਵੀ ਕਾਮਯਾਬ ਕਰੂਗਾ, ਇਨਸ਼ਾਅੱਲਾ ਜ਼ਰੂਰ ਕਰੂਗਾ ਕਾਮਯਾਬ। ਮੇਰੇ ਭੈਣ ਭਰਾਵਾਂ ਦੀਆਂ ਹਮੇਸ਼ਾ ਮੇਰੇ ਨਾਲ ਦੁਆਵਾਂ ਵਾ, ਅਤੇ ਅੱਲਾਹ ਪਾਕ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਉਹਨਾਂ ਆਪਣੇ ਸਮਾਨ 'ਚ ਰੱਖੇ, ਆਮੀਨ ਸਮਾਨ। ਅਤੇ ਜੇ ਮੇਰੇ ਭੈਣ ਭਾਈਆਂ ਨੇ ਖਾਣਾ ਖਾਣਾ ਤਾਂ ਆ ਜਾਓ, ਬਾਕੀਆਂ ਨੇ ਖਾ ਲਿਆ, ਅਸੀਂ ਨਿੰਬੂਆਂ ਦੀ ਆਸ 'ਚ ਬੈਠੇ ਸੀਗੇ, ਨਿੰਬੂ ਮੰਗਾਏ ਆ, ਨਿੰਬੂ ਮੰਗਾ ਕੇ ਸਾਲ ਦਾਲ ਬਣਾਈ ਆ, ਦਾਲ ਦੇ ਵਿੱਚ ਨਿਬੋੜਨਾ, ਹਲੀਮ ਬਣ ਗਿਆ। ਅਤੇ ਅੱਛਾ ਜੀ, ਮੇਰੇ ਭੈਣ ਬਾਈਓ, ਇਹ ਸੀ ਸਾਡੀ ਅੱਜ ਦੀ ਵੀਡੀਓ, ਅਗਰ ਜੇ ਮੇਰੇ ਭੈਣ ਬਾਈਆਂ ਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬੋਕਸ ਸਾਨੂੰ ਜ਼ਰੂਰ ਲਿਖਿਓ, ਆਪਣੀ ਦੁਆਵਾਂ ਸਾਨੂੰ ਬੋਏ ਯਾਦ ਰੱਖਿਓ, ਅਸੀਂ ਵੀ ਆਪਣੇ ਭੈਣ ਬਾਈਆਂ ਨੂੰ ਹਰ ਟਾਈਮ ਯਾਦ ਰੱਖਦੇ, ਲਾ ਪਾਕ ਮੇਰੇ ਭੈਣ ਬਾਈਆਂ ਨੂੰ।
ਤੰਦਰੁਸਤੀ ਦੇਵੇ, ਸਿਹਤ ਦੇਵੇ, ਆਪਣੇ ਜ਼ੁਬਾਨ 'ਚ ਰੱਖੇ, ਆਮੀਨ ਆਮੀਨ ਸੁਮਾ ਆਮੀਨ। ਅਤੇ ਜਿਹੜਾ ਵੀ ਔਲਾਦ ਅੱਲਾਹ ਤਾਲਾ ਨੇਕ ਔਰ ਸਾਰੀ ਔਲਾਦ ਦੇਵੇ, ਜਿਹੜੇ ਬਿਮਾਰ ਹੈ ਤੇਰਾ ਕੰਮ ਸ਼ਿਫਾ ਦੇਵੇ, ਤੇਰਾ ਸਭ ਰਿਜ਼ਕੇ ਹਲਾਲ ਦੇਵੇ। ਅਤੇ ਜਿੰਨੀ ਮੇਰੀ ਯੂਟਿਊਬ ਫੈਮਿਲੀ ਮੈਨੂੰ ਦੇਖਦੀ, ਇਹਨਾਂ ਦਾ ਦਿਲ ਦਾ ਸ਼ੁਕਰੀਆ। ਅਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ, ਸਾਨੂੰ ਇਜਾਜ਼ਤ, ਅੱਲਾ ਹਾਫਿਜ਼।